ਮੁਸੇਵਾਲਾ ਕਤਲकांड ਦੇ ਵਿੱਚ ਆਇਆ ਹੁਣ ਨਵਾਂ ਮੋੜ ਕੇਸ ਦੇ ਵਿੱਚ ਹੋ ਗਏ ਵੱਡੇ ਖੁਲਾਸੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਜਾਣੋ ਕਿਸ ਨੇ ਕੀਤੀ ਸੀ ਸਿੱਧੂ ਮੁਸੇਵਾਲੇ ਦੀ ਰੇਕੀ ਤੇ ਕਿਹੜਾ ਘਰ ਦਾ ਪੇਤੀ ਨੇ ਲੰਕਾ ਟਾ ਦਿੱਤੇ ਮੁਸੇਵਾਲੇ ਦੀ ਜੀ ਹਾਂ ਮੁਸੇਵਾਲਾ ਕੇਸ ਦੇ ਵਿੱਚ ਹੁਣ ਇੱਕ ਨਵਾਂ ਮੋੜ ਆਉਂਦਾ ਹੋਇਆ ਦਿਖਾਈ ਦੇ ਰਿਹਾ ਤੇ ਵੱਡੇ ਖੁਲਾਸੇ ਵੀ ਹੋ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਘਰ ਦੇ ਪੇਤੀ ਨੇ ਹੀ ਸਿੱਧੂ ਮੂਸੇਵਾਲੇ ਦਾ ਕਤਲ ਕਰਵਾ ਦਿੱਤਾ ਸੀ ਆਖਿਰ ਉਸਨੇ ਕੀ ਕੀਤਾ ਅਜਿਹਾ ਕਿਹੜਾ ਕੰਮ ਕੀਤਾ ਜਿਸ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਵੀਡੀਓ ਦੇ ਮਾਧਿਅਮ ਦੇ ਰਾਹੀਂ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਾਫੀ ਦੋਸ਼ੀ ਜਿਹੜੇ ਨੇ ਉਹ ਫੜੇ ਵੀ ਗਏ ਸੀ ਤਕਰੀਬਨ 7 ਦੋਸ਼ੀ ਫੜੇ ਗਏ ਸੀ ਤੇ ਉਹਨਾਂ ਦੇ ਕੋਲੋਂ ਅਹਿਮ ਖੁਲਾਸੇ ਵੀ ਕਿਤੇ ਗਏ ਨੇ ਦੱਸਦੇ ਇਹ ਕਿ ਇੰਨਾ ਦੋਸ਼ੀਆ ਖਿਲਾਫ ਜੀ ਹਾਂ ਤੁਹਾਨੂੰ ਦੱਸਦੇ ਇਹ ਕਿ ਜਿਹੜੇ ਦੋਸ਼ੀ ਫੜੇ ਗਏ ਸੀ ਉਹਨਾਂ ਦਾ ਨਾਮ ਸੀ ਮਨਦੀਪ ਤੂਫਾਨ ਮੰਨੀ ਰਈਆ ਸ਼ੂਟਰ ਦੀਪਕ ਮੁੰਡੀ ਅਤੇ ਜਗਤਾਰ ਸਿੰਘ ਇਹੇ ਦੋਸ਼ੀ ਫੜੇ ਗਏ ਸੀ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਪੁੱਛ ਕਿਛ ਵੀ ਬਕਾਇਦਾ ਚਲ ਰਹੀ ਸੀ ਜਿਸ ਦਾ ਵਿੱਚੋਂ ਹੁਣ ਵੱਡੇ ਖੁਲਾਸੇ ਹੋਏ ਨੇ ਆਖਿਰੋਖੋ ਖੁਲਾਸੇ ਕਿਹੜੇ ਨੇ ਤੇ ਇੰਨਾ ਖੁਲਾਸਿਆਂ ਨੂੰ ਸੁਣ ਕੇ ਤੁਹਾਡੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਵੇਗੀ ਦੱਸਦੇ ਹਾਂ ਕਿ ਕੋਈ ਹੋਰ ਨਹੀਂ ਸਗੋਂ ਘਰ ਦਾ ਭੇਤੀ ਹੀ ਸਿੱਧੂ ਦੇ ਨਾਲ ਵੈਰ ਕੱਢ ਰਿਹਾ ਸੀ ਸਿੱਧੂ ਦੇ ਨਾਲ ਦੁਸ਼ਮਣੀ ਕੱਢ ਰਿਹਾ ਸੀ ਨਾਮ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦੱਸਦੇ ਹਾਂ ਕਿ ਅਸਲ ਦੇ ਵਿੱਚ ਸਿੱਧੂ ਦਾ ਗਵੰਡੀ ਹੀ ਉਸ ਦੇ ਨਾਲ ਦੁਸ਼ਮਣੀ ਕੱਢ ਰਿਹਾ ਸੀ ਗਵੰਡੀ ਨੇ ਹੀ ਸਿੱਧੂ ਮੁਸੇਵਾਲੇ ਦੀ ਜਾਨ ਲੈ ਲਈ ਇੱਥੇ ਹੀ ਦੱਸਦੇ ਕਿ ਦੋਸ਼ੀਆਂ ਦੇ ਵੱਲੋਂ ਜਦੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਉਹਨਾਂ ਨੇ ਦੱਸਿਆ ਕਿ ਜਿਹੜਾ ਸਿੱਧੂ ਮੁਸੇਵਾਲੇ ਦਾ ਗਵਾਂਡੀ ਸੀ ਜੀ ਹਾਂ ਸਿੱਧੂ ਮੁਸੇਵਾਲੇ ਦਾ ਗਵਾਂਡੀ ਜਿਹੜਾ ਜਗਤਾਰ ਸਿੰਘ ਸੀ ਉਸ ਦੇ ਵੱਲੋਂ ਰੇਕੀ ਕੀਤੀ ਗਈ ਸੀ ਉਸੇ ਨੇ ਹੀ ਸਾਰੀ ਸਿੱਧੂ ਮੁਸੇਵਾਲੇ ਦੀ ਸੂਹ ਦਿੱਤੀ ਸੀ ਤੇ ਉਹਨਾਂ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਆਪਣੇ ਘਰ ਦੇ ਕੈਮਰੇ ਦਾ ਜਿਹੜਾ ਮੂੰਹ ਹੈ ਉਹ ਸਿੱਧੂ ਮੁਸੇਵਾਲੇ ਦੇ ਘਰ ਦੇ ਗੇਟ ਵੱਲ ਕਰ ਰੱਖਿਆ ਸੀ ਜਿਸ ਤੋਂ ਬਾਅਦ ਉਸ ਨੂੰ ਪੂਰੀ ਜਾਣਕਾਰੀ ਮਿਲ ਰਹੀ ਸੀ ਸਿੱਧੂ ਮੁਸੇਵਾਲਾ ਇਕੱਲਾ ਘਰ ਦੇ ਬਾਹਰ ਕਦੋਂ ਨਿਕਲਦਾ ਹੈ ਤੇ ਕਦੋਂ ਘਰ ਦੇ ਵਿੱਚ ਵਾਪਸ ਪਰਤਦਾ ਹੈ ਇਸੇ ਦੇ ਲਈ ਉਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਸਿੱਧੂ ਮੁਸੇਵਾਲਾ ਘਰੋਂ ਬਾਹਰ ਇਕੱਲਾ ਨਿਕਲਿਆ ਜਿਸ ਤੋਂ ਬਾਅਦ ਉਸ ਨੇ ਰੇਕੇ ਕਰਦੇ ਹੋਏ ਦੁਸ਼ਮਣਾਂ ਨੂੰ ਇਹ ਖਬਰ ਦਿੱਤੀ ਯਾਨੀ ਕਿ ਸਿੱਧੂ ਮੁਸੇਵਾਲੇ ਦੇ ਕਤਲ ਦੇ ਮਾਸਟਰ ਮਾਈਂਡਰ ਨੂੰ ਇਹ ਖਬਰ ਦਿੱਤੀ ਜਿਸ ਤੋਂ ਬਾਅਦ ਇਹ ਸਾਰਾ ਜਿਹੜੀ ਘਟਨਾ ਵਾਪਰਦੀ ਹੈ ਸਿੱਧੂ ਮੁਸੇਵਾਲੇ ਦੇ ਦਾ ਕਤਲ ਹੋ ਜਾਂਦਾ ਤਾਪੜ ਤੋੜ ਗੋਲੀਆਂ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤਦ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਰਦਾ ਭੀਤੀ ਗਵਾਂਡੀ ਨੇ ਹੀ ਸਿੱਧੂ ਮੂਸੇਵਾਲੇ ਦੇ ਨਾਲ ਇੰਨਾ ਵੈਰ ਖੱਟ ਲਿਆ ਆਖਿਰ ਕੀ ਸੀ ਇਹ ਕਾਰਨ ਕੀ ਉਸਨੇ ਦੁਸ਼ਮਣੀ ਕੱਢੀ ਦੱਸਦੇ ਕਿ ਸਿੱਧੂ ਮੂਸੇਵਾਲੇ ਦੇ ਗਵਾਂਡੀ ਦੇ ਵੱਲੋਂ ਉਸ ਦਾ ਗਾਣਾ ਲੀਕ ਕੀਤਾ ਗਿਆ ਸੀ ਜੀ ਹਾਂ ਸਿੱਧੂ ਮੂਸੇਵਾਲੇ ਦਾ ਗੀਤ ਉਸਦੇ ਗਵਾਂਡੀ ਨੇ ਲੀਕ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਗਵਾਂਡੀ ਜਗਤਾਰ ਸਿੰਘ ਤੇ ਜਿਹੜਾ ਹੈ ਕੇਸ ਵਿੱਚ ਇੱਕ ਦਰਜ ਕੀਤਾ ਗਿਆ ਸੀ ਐਫ ਆਈ ਆਰ ਵੀ ਬਕਾਇਦਾ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਉਸਨੇ ਦੁਸ਼ਮਣੀ ਕੱਢਦੇ ਹੋਏ ਦੁਸ਼ਮਣਾਂ ਨੂੰ ਇਹ ਖਬਰ ਦਿੱਤੀ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਤਲ ਦੇ ਮਾਸਟਰ ਮਾਈਂਡ ਜਿਹੜੇ ਨੇ 골ਡੀ ਬਰਾੜ ਹੋਰੀ ਉਹਨਾਂ ਨੂੰ ਸਾਰੀ ਇਹ ਖਬਰ ਦਿੱਤੀ ਜਿਸ ਤੋਂ ਬਾਅਦ ਉਸਨੇ ਵੈਰ ਖੱਟਿਆ ਜੀਹਾਂ ਲਾਰੈਂਸ ਪੁਸ਼नोई 골ਡੀ ਬਰਾੜ ਤਜੱਗੂ ਭਗਵਾਨਪੁਰਿਆ ਨੂੰ ਖਬਰ ਦੇਣ ਵਾਲਾ ਹੋਰ ਕੋਈ ਨਹੀਂ ਸਗੋ ਸਿੱਧੂ ਮੂਸੇਵਾਲੇ ਦਾ ਗਵਾਂਡੀ ਸੀ ਜਿਸ ਨੇ ਛੋਟੀ ਜਹੀ ਗੱਲ ਦੇ ਦੁਸ਼ਮਣੇ ਕੱਢੀ ਸਿੱਧੂ ਮੂਸੇਵਾਲੇ ਦੀ ਜਾਨ ਨੂੰ ਲੈ ਕੇ ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਧਰ ਦਾ ਭੇਤੀ ਕਿਵੇਂ ਇੱਕ ਗਵਾਂਡੀ ਹੀ ਕਰਦੇ ਚਿਰਾਗ ਨੂੰ 부ਝਾ ਗਿਆ ਮਾਪਿਆਂ ਦਾ ਤੁਸੀਂ ਹਾਲ ਦੇਖ ਸਕਦੇ ਹੋ ਸਿੱਧੂ ਮਸੇਵਾਲੇ ਦੀ ਮੌਤ ਤੋਂ ਬਾਅਦ ਤਾਂ ਇੱਕ ਗੌਂਡੀ ਨੇ ਛੋਟੀ ਜਹੀ ਗੱਲ ਤੇ ਉਸਦੇ ਨਾਲ ਦੁਸ਼ਮਣੀ ਕੱਢੀ ਤਾਂ ਸਿੱਧੂ ਮਸੇਵਾਲੇ ਨੂੰ ਜੇਕਰ ਪਿਆਰ ਕਰਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਜਾਓ ਤਾਂ ਜੋ ਹਰ ਇੱਕ ਵਿਅਕਤੀ ਨੂੰ ਪਤਾ ਲੱਗ ਸਕੇ ਕਿ ਜਿਹੜਾ ਘਰ ਦਾ ਭੇਤੀ ਹੁੰਦਾ ਹੈ ਉਹੀ ਲੰਕਾ ਢਾ ਦਿੰਦਾ ਹੈ ਤੇ ਕਿਵੇਂ ਸਿੱਧੂ ਮਸੇਵਾਲੇ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋ ਉਸਦੇ ਦੇ ਘਰ ਦੇ ਭੇਤੀ ਨੇ ਉਸੇ ਦੇ ਗੌਂਡੀ ਨੇ ਕਰਵਾਇਆ ਸੀ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਜ਼ਰੂਰ ਦੱਸਣਾ ਕਿ ਅਜਿਹਾ ਕਰਨਾ ਚੰਗਾ ਹੈ ਜਾਂ ਫਿਰ ਮਾੜਾ ਹੈ ਤੇ ਤੁਹਾਨੂੰ ਕਿੰਨਾ ਕੁ ਦੁੱਖ ਹੈ ਸਿੱਧੂ ਮਸੇਵਾਲੇ ਦੀ ਮੌਤ ਤੋਂ ਬਾਅਦ